ਮੈਂ ਪੰਜਾਬ ਯੂਨੀਵਰਸਿਟੀ ਠੱਗ ਯੂਨੀਵਰਸਿਟੀ ਦਾ ਪੜ੍ਹਿਆ ਹੋਇਆ ਵਿਦਿਆਰਥੀ ਹਾਂ ਮੈਂ, ਜਿੱਥੇ ਪੰਜਾਬੀ ਬੋਲਣਾ ਗੁਨਾਹ ਸੀ, ਪੰਜਾਬੀ ਭੇਸ ਪਾ ਕੇ ਤਾਂ ਤੁਸੀਂ ਆ ਹੀ ਨਹੀਂ ਸਕਦੇ ਸੀ, ਮੈਂ ਚਾਦਰਾ ਬਣ ਕੇ ਜਾਂਦਾ ਸੀ ਉੱਥੇ। ਵਾਈਸ ਚਾਂਸਲਰ ਨੇ ਮੈਨੂੰ ਬੁਲਾ ਲਿਆ ਵੀ ਉਹ ਕਿਹੜਾ ਆਇਆ ਹੋਇਆ, ਅਨਪੜ੍ਹ ਜਿਹਾ ਬੰਦੇ ਨੂੰ ਸੱਦ ਕੇ ਲਿਆਓ। ਅੰਗਰੇਜ਼ੀ ਦੀ ਮੈਂ ਐਵੇਂ ਕਰਾਂ, ਮੈਂ ਜਾ ਰਿਹਾ, ਮੈਨੂੰ ਪੁੱਛਦਾ ਵੀ ਤੈਨੂੰ ਵਾਈਸ ਚਾਂਸਲਰ ਨੇ ਸੱਦਿਆ, ਮੈਂ ਚੱਲ। ਮੈਂ ਪੀਅਨ ਮੇਰੇ ਨਾਲ ਸੀ, ਮੈਂ ਯਾਰ ਵਾਈਸ ਚਾਂਸਲਰ ਨੇ ਕਿਉਂ ਸੱਦਿਆ? ਉਹਦਾ ਉਹ ਕਹਿਤਾ ਥਾ ਜੋ ਧੋਤੀ ਵਾਲਾ ਨਾ ਉਸਕੋ ਬੁਲਾ ਕਰ ਲਓ ਵੀ ਪੰਜਾਬ ਯੂਨੀਵਰਸਿਟੀ 'ਚ ਬੰਦਾ ਚਾਦਰਾ ਬਣ ਗਿਆ ਜੇ। ਉਦੋਂ ਬੰਦਾ ਫੁੱਲੀ ਦਾੜੀ ਨਹੀਂ ਰੱਖ ਸਕਦਾ ਸੀ, ਜਾਂ ਥੁੰਨੀ ਹੁੰਦੀ ਸੀ ਜਾਂ ਮੁੰਨੀ ਹੁੰਦੀ ਸੀ। ਫੁੱਲੀ ਦਾੜੀ ਰੱਖਣ ਦਾ ਰਿਵਾਜ ਮੈਂ ਪਾਇਆ, ਮੈਂ ਖੜ ਜੋ ਕਹਿਣਾ ਤੁਹਾਨੂੰ, ਮੈਂ ਪੁੱਛਦਾ ਤੁਸੀਂ ਹੁੰਦੇ ਕੌਣ ਹੋ, ਥੁੰਨੀ ਵਾਲੇ ਤੇ ਮੁੰਨੀ ਵਾਲੇ? ਕੋਈ ਨਹੀਂ ਕਰਦਾ ਦੇਣ ਦਾ ਸੀ। ਮੈਂ ਗਿਆ ਵਾਈਸ ਚਾਂਸਲਰ ਸੂਰਜਪਾਨ, ਪੱਕਾ ਪੰਜਾਬੀ, ਬਣਾਉਟੀ ਹਿੰਦੀ ਬੋਲਦਾ ਸੀ, ਆਰੀਆ ਸਮਾਜੀ ਸੀ, ਪੰਜਾਬੀ ਦਾ ਵਿਰੋਧੀ ਸੀ। ਮੇਰੇ ਨਾਲ ਅੰਗਰੇਜ਼ੀ 'ਚ ਗੱਲ ਕਰਨ ਲੱਗ ਗਿਆ, ਮੈਂ ਅੰਗਰੇਜ਼ੀ ਪੜ੍ਹਨ ਦੇ ਬਾਵਜੂਦ ਵੀ ਪੰਜਾਬੀ 'ਚ ਮੈਂ ਗੱਲ ਕਰਦਾ ਸੀ। ਮੈਨੂੰ ਤਾਂ ਜੈਂਟਲਮੈਨ, ਮੈਂ ਜੀ ਵਾਟ ਇਜ਼ ਦਾ ਪ੍ਰੋਬਲਮ, ਮੈਂ ਕਾਦੀ ਕਾਦੀ ਅਦਾ, ਯੂ ਨੋ ਹਰ ਇੰਸਟੀਟਿਊਸ਼ਨ ਦੀ ਕੋਈ ਨਾ ਕੋਈ ਡਿਸਿਪਲਿਨ ਹੁੰਦਾ, ਮੈਂ ਪੱਕਾ ਹੁੰਦਾ। ਮੈਂ ਫਿਰ ਵੀ ਸਮੱਸਿਆ, ਅਰੇ ਯੂ ਆਰ ਇਨ ਧੋਤੀ? ਮੈਂ ਬਿਲਕੁਲ ਨਹੀਂ, ਮੈਂ ਚਾਦਰੇ 'ਚ ਹਾਂ। ਧੋਤੀ ਇਸਤਰੀ ਲਿੰਗਾ, ਚਾਦਰਾ ਪਲਿੰਗਾ, ਬੌੜਾ ਨਾ ਹੋਵੇ ਤਾਂ। ਮੈਂ ਮਰ ਕੇ ਗਿਆ ਸੀ ਵੀ ਜੇ ਮੈਨੂੰ ਯੂਨੀਵਰਸਿਟੀ ਕੱਢਦੇ ਕੱਢਦੇ, ਮੈਂ ਇਹਨੂੰ ਤਾਂ ਬਗੈਰ ਪੜ੍ਹ ਸਕਦਾ, ਯੂਨੀਵਰਸਿਟੀ ਬਗੈਰ ਪੜ੍ਹ ਸਕਦੇ ਆਪਾਂ, ਪੜ੍ਹਨ ਦਾ ਇਰਾਦਾ ਹੋਣਾ ਚਾਹੀਦਾ। ਮੈਂ ਇਸੇ ਕਰਕੇ 11 ਸਬਜੈਕਟਾਂ ਦੀ ਐਵੇਂ ਕੀਤੀ, 5000 ਕਿਤਾਬ ਪੜ੍ਹੀ,